पठानकोट अमृतसर नेशनल हाईवे पर स्थित अमन भल्ला ग्रुप ऑफ इंस्टीट्यूट कोटली पठानकोट में अमन भल्ला इंस्टीट्यूट प्रेसिडेंट रमन भल्ला, चेयरपर्सन अनु भल्ला, मैनेजिंग डायरेक्टर डॉक्टर पुजारी की अध्यक्षता में अमन भल्ला ग्रुप ऑफ इंस्टीट्यूट में एक दिवसीय चैंपियनशिप कप का आयोजन किया गया, जिसमें विशेष रूप से जिला शिक्षा अधिकारी राजेश कुमार, जिला स्पोर्ट्स कोऑर्डिनेटर अरुण कुमार उपस्थित हुए। स्पोर्ट्स मीट की शुरुआत ज्योति प्रज्वलित कर की गई। इसके बाद पंजाब के विभिन्न जिलों से आए हुए विभिन्न स्कूलों के अंडर 19 स्टूडेंट्स ने 15 तरह की विभिन्न प्रतिस्पर्धाओं में भाग लिया, जिसमें कबड्डी, खो खो, थ्री लेग रेस, रिले दौड़, बास्केटबॉल, वॉलीबॉल, क्रिकेट, लेमन रेस, शॉर्ट पुट, जैवलिन थ्रो, टग ऑफ वार व अन्य खेलें शामिल रहीं। इन विभिन्न मुकाबलों में विजेता रहने वाले विद्यार्थियों को अमन भल्ला ग्रुप ऑफ इंस्टीट्यूट की ओर से विशेष रूप से सम्मानित किया गया। अमन भल्ला ग्रुप ऑफ इंस्टीट्यूट ਉਹਦੀ ਮੈਨੇਜਮੈਂਟ ਅੱਜ ਤਹਿ ਦਿਲ ਤੋਂ ਆਭਾਰੀ ਹੈ ਡੀਓ ਸੈਕੰਡਰੀ ਰਾਜੇਸ਼ ਜੀ ਦੇ, ਕੋਆਰਡੀਨੇਟਰ ਸਪੋਰਟਸ ਅਰੁਣ ਕੁਮਾਰ ਜੀ, ਔਰ ਸਾਰੇ ਸਕੂਲਾਂ ਦੇ ਆਏ ਪ੍ਰਿੰਸੀਪਲ ਔਰ ਉਹਨਾਂ ਪਾਰਟੀਸਪੈਂਟ ਬੱਚਿਆਂ ਦੀ, ਕਿ ਜਿਨ੍ਹਾਂ ਨੇ ਸਪੈਸ਼ਲ ਇੰਟਰਸਟ ਲੈ ਕੇ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਵਾਸਤੇ ਇੱਥੇ ਆਪਣੀਆਂ ਟੀਮਾਂ ਭੇਜੀਆਂ ਨੇ ਔਰ ਬੱਚੇ ਲੈ ਕੇ ਆਏ ਨੇ। ਸਾਡਾ ਗਰੁੱਪ ਦਾ ਬੇਸਿਕਲੀ ਇਹੀ ਹਮੇਸ਼ਾ ਰਿਹਾ ਕਿ ਇਹ ਐਜੂਕੇਸ਼ਨ ਦੇ ਨਾਲ ਨਾਲ ਅਸੀਂ ਚੰਗੀਆਂ ਉਹਨਾਂ ਨੂੰ ਜਿਹੜੀਆਂ ਐਕਸਟਰਾ ਕੈਰੀਕੁਲਰ ਐਕਟੀਵਿਟੀਜ਼ ਨੇ ਉਹ ਕਰਵਾਈਆਂ ਜਾਣ। ਹਰ ਸਾਲ ਸਪੋਰਟਸ ਤੋਂ ਇਲਾਵਾ ਕਲਚਰਲ ਪ੍ਰੋਗਰਾਮ ਔਰ ਵੱਖ ਵੱਖ ਪ੍ਰੋਗਰਾਮ ਇੱਥੇ ਜਿੱਦਾਂ ਤਿਉਹਾਰਾਂ ਦੇ ਉੱਤੇ ਚੱਲਦੇ ਰਹਿੰਦੇ ਨੇ। ਸੋ ਮੈਂ ਸਮਝਦਾ ਕਿ ਬੜਾ ਪੋਜ਼ਿਟਿਵ ਨੋਟ ਦੇ ਨਾਲ ਸਾਰੇ ਬੱਚਿਆਂ ਨੇ ਇੱਥੇ ਪਾਰਟੀਸਪੇਟ ਕੀਤਾ ਹੈ, ਔਰ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਇਸ ਵੇਲੇ ਕਿ ਖੇਡਾਂ ਨੂੰ ਅਸੀਂ ਹੋਰ ਅੱਗੇ ਵਧਾਈਏ, ਅਸੀਂ ਸਮਝਦੇ ਹਾਂ ਕਿ ਉਹਦੇ ਵਿੱਚ ਇੱਕ ਬੜਾ ਅੱਛਾ ਯੋਗਦਾਨ ਅੱਜ DO ਸਾਹਿਬ ਨੇ ਇਨੀਸ਼ੀਏਟ ਇੱਥੇ ਕੀਤਾ ਹੈ, ਔਰ ਜੋ ਇੱਕ ਵੀਕ ਮਨਾਇਆ ਜਾ ਰਿਹਾ ਇੱਕ ਸਪੋਰਟਸ ਦੇ ਉੱਤੇ ਵੀ, ਅਸੀਂ ਸਮਝਦੇ ਕਿ ਉਹਦੇ ਵਿੱਚ ਵੀ ਅਸੀਂ ਯੋਗਦਾਨ ਪਾ ਸਕੇ ਹਾਂ, ਅਸੀਂ ਇਸ ਗੱਲ ਦੇ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ। ਸੋ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਨਾ ਸਾਰੇ ਇੱਥੋਂ ਦੇ ਪ੍ਰਬੰਧਕਾਂ ਦਾ ਔਰ ਸਾਡੇ ਐਜੂਕੇਸ਼ਨ ਵਿਭਾਗ ਦਾ, ਕਿ ਜਿਨ੍ਹਾਂ ਨੇ ਬੱਚਿਆਂ ਨੂੰ ਇੱਥੇ ਭੇਜ ਕੇ ਉਹਨਾਂ ਨੂੰ ਇਸ ਗੇਮਾਂ ਦੇ ਪ੍ਰਤੀ ਉਹਨਾਂ ਦੀ ਰੁਚੀ ਵਧਾਈ। ਅੱਜ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਅੰਡਰ 19 ਚੈਂਪੀਅਨਸ਼ਿਪ ਦੇ ਤਹਿਤ ਖੇਡਾਂ ਹੋ ਰਹੀਆਂ ਨੇ। ਇਹਦੇ ਵਿੱਚ ਲਗਭਗ 30 ਸਕੂਲਾਂ ਦੀ ਹਾਲੇ ਤੱਕ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਆਲਮੋਸਟ 580 ਦੇ ਕਰੀਬ ਜਿਹੜੇ ਬੱਚੇ ਜਿਹੜੇ ਨੇ ਪਾਰਟੀਸਪੈਂਟ ਇੱਥੇ ਹਾਜ਼ਰ ਨੇ। ਬਹੁਤ ਵਧੀਆ ਇੱਕ ਉਪਰਾਲਾ ਹੈ ਇਸ ਇੰਸਟੀਚਿਊਟ ਵੱਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ, ਕਿਉਂਕਿ ਖੇਡਾਂ ਸਾਡੇ ਜਿੱਥੇ ਪੜ੍ਹਾਈ ਜ਼ਰੂਰੀ ਹੈ ਉੱਥੇ ਖੇਡਾਂ ਵੀ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ। ਇਹ ਖਾਸ ਕਰਕੇ ਸਾਨੂੰ ਨਸ਼ਿਆਂ ਤੋਂ ਦੂਰ, ਹੋਰ ਬੁਰਾਈਆਂ ਤੋਂ ਦੂਰ ਰੱਖ ਕੇ ਸਾਡਾ ਸੈੱਟ ਆਫ ਮਾਇੰਡ ਇੱਕ ਵਧੀਆ ਬਣਾਉਂਦੀ ਹੈ, ਜਿਹਦੇ ਨਾਲ ਬੱਚੇ ਆਪਣਾ ਭਵਿੱਖ ਦੇ ਨਾਲ ਨਾਲ ਦੇਸ਼ ਦੀ ਤਰੱਕੀ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਨੇ। ਅੱਜ ਬੜਾ ਇੱਥੇ ਆਇਆ ਮੈਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਮੈਨੂੰ ਇਹਨਾਂ ਨੇ ਇਨਵਾਈਟ ਕੀਤਾ, ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਬਹੁਤ ਵਧੀਆ ਮਾਹੌਲ ਹੈ, ਬੱਚੇ ਬੜੇ ਵਧੀਆ ਤਰੀਕੇ ਨਾਲ ਬੜੇ ਇੰਜੋਏਫੁਲ ਜਿਹੜੀਆਂ ਇਹ ਚੀਜ਼ਾਂ ਨੂੰ ਈਵੈਂਟ ਨੂੰ ਕਰ ਰਹੇ ਨੇ ਅਤੇ ਬੜਾ ਇੱਕ ਵਧੀਆ ਮਾਹੌਲ ਇਸ ਇੰਸਟੀਚਿਊਟ ਦੇ ਵਿੱਚ ਬਣਿਆ ਖੇਡਾਂ ਦੇ ਪ੍ਰਤੀ। ਇੱਕ ਵਾਰੀ ਫਿਰ ਤੋਂ ਮੈਂ ਅਮਨ ਭੱਲਾ ਜੀ,
ਜਿਹੜੇ ਇੱਥੋਂ ਦੇ ਔਰਗਨਾਈਜ਼ਰ ਨੇ, ਮਾਲਕ ਨੇ, ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਇਹੋ ਜਿਹੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਸਾਡੇ ਸਮਾਜ ਨੂੰ ਵਧੀਆ ਚੀਜ਼ਾਂ ਜਿਹੜੀਆਂ ਉਹ ਦੇ ਰਹੇ ਨੇ, ਜਿਹਦੇ ਨਾਲ ਸਾਡੇ ਸਮਾਜ ਜਿਹੜਾ ਇੱਕ ਸੁਸਾਇਟੀ ਉਹ ਵਧੀਆ ਜਿਹੜੀ ਹੈ ਹੋਣ ਜਾ ਰਹੀ ਹੈ। ਥੈਂਕ ਯੂ। ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਚੇਅਰਮੈਨ ਸਾਹਿਬ ਰਮਨ ਭੱਲਾ ਜੀ ਦਾ, ਇਸ ਇੰਸਟੀਟਿਊਟ ਦੇ ਚੇਅਰਮੈਨ ਸਾਹਿਬ ਪੂਜਾ ਓਰੀ ਮੈਮ, ਡਾਇਰੈਕਟਰ ਔਫ ਵਿਕਰਮ ਜਿਹੜੇ ਇਹਦੇ ਸਪੋਰਟਸ ਇੰਚਾਰਜ ਐੱਚ ਓ ਡੀ, ਉਹਨੇ ਪੂਰੀ ਟੀਮ ਨੇ ਬਹੁਤ ਹੀ ਵੈੱਲ ਔਰਗਨਾਈਜ਼ ਕੀਤਾ ਹੈ। ਇੱਥੇ ਜਿਹੜੀ ਗੇਮਸ ਵਿੱਚ ਖੋ ਖੋ, ਕਬੱਡੀ, ਵਾਲੀਬਾਲ, ਟਗ ਓਫ ਵਾਰ, ਕ੍ਰਿਕਟ, ਬਾਸਕਟਬਾਲ ਦੇ ਗੇਮਸ ਕਰਵਾਈਆਂ ਜਾ ਰਹੀਆਂ ਅੰਡਰ 19 ਗਰੁੱਪ ਵਿੱਚ। ਇਹ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਇਸ ਅਮਨ ਭੱਲਾ ਇੰਸਟੀਟਿਊਟ ਵੱਲੋਂ, ਅਤੇ ਡਿਪਾਰਟਮੈਂਟ ਵੀ ਇਹੀ ਚਾਹੁੰਦਾ ਕਿ ਜੋ ਪੰਜਾਬ ਸਰਕਾਰ ਚਾਹ ਰਹੀ ਹੈ, ਜਿਸ ਤਰ੍ਹਾਂ ਖੇਡਾਂ ਵੱਧ ਪੰਜਾਬ ਦੀਆਂ, ਉਹਨਾਂ ਦਾ ਇਨੀਸ਼ੀਏਟਿਵ ਲਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ, ਔਰ ਮੋਢੇ ਨਾਲ ਮੋਢਾ ਲਾ ਰਿਹਾ ਇਹ ਵੀ ਇੰਸਟੀਟਿਊਟ ਕਿ ਬੱਚਿਆਂ ਨੂੰ ਨਸ਼ਿਆਂ ਦੂਰ ਰੱਖਣ ਵਾਸਤੇ ਉਹਨਾਂ ਦੇ ਨਾਲ ਸਰਕਾਰ ਨੇ ਰਲ ਕੇ ਇਹ ਅੱਛਾ ਔਰਗਨਾਈਜ਼ ਕਰ ਰਹੇ ਆ। ਹੁਣ ਚੇਅਰਮੈਨ ਸਾਹਿਬ ਕਹਿ ਰਹੀ ਹੈ ਅਸੀਂ ਹਰ ਸਾਲ ਇਸੇ ਤਰ੍ਹਾਂ ਇੱਕ ਔਰਗਨਾਈਜ਼ ਕਰਵਾਇਆ ਕਰਾਂਗੇ, ਜਿਹੜੇ ਬੱਚਿਆਂ ਵਿੱਚ ਜਿਹੜਾ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇ, ਔਰ ਡਿਪਾਰਟਮੈਂਟ ਡੀ ਓ ਸਾਹਿਬ ਦੇ ਅੰਡਰ ਆਪਾਂ ਬਹੁਤ ਵਧੀਆ ਅਚੀਵਮੈਂਟਸ ਕੀਤੀਆਂ, ਅਤੇ ਇਸ ਤਰ੍ਹਾਂ ਹੀ ਇਹ ਬੱਚਿਆਂ ਵਾਸਤੇ ਆਪਾਂ ਕੰਮ ਕਰਦੇ ਰਹਾਂਗੇ। ਜ਼ਿਆਦਾ ਹਿੰਦੁਸਤਾਨ ਮੇਂ ਕਿਸੇ ਵੀ ਬਿਮਾਰੀ ਕਾ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ, ਬਹੁਤ ਮਹਿੰਗਾ। ਗਲਤ, ਆਪ ਸਾਰਿਆਂ ਜਨਸਾ ਫਾਊਂਡੇਸ਼ਨ ਦੇ ਮੈਂਬਰ ਬਣੋ, ਬਾਈਟ ਮੈਡੀਕਲ ਕਾਲਜ ਐਂਡ ਹੋਸਪਿਟਲ ਆਉਣ ਵਾਲੇ 5 ਸਾਲ ਤੱਕ ਆਪਕਾ ਪੂਰਾ ਇਲਾਜ ਫ੍ਰੀ ਕਰੇਗਾ। ਧੰਨਵਾਦ।